ਜਿੱਦਾਂ ਕਿ ਡੀ ਸੀ ਸਾਹਿਬ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਕੋਈ ਵੀ ਬਾਹਰੋਂ ਕੋਈ ਗੈਸਟ ਆਉਂਦੇ ਨੇ, ਕੋਈ ਅਫਸਰ ਸਾਹਿਬਾਨ ਆਉਂਦੇ ਨੇ ਜਾਂ ਕੋਈ ਮੰਤਰੀ ਸਾਹਿਬਾਨ ਆਉਂਦੇ ਨੇ, ਤਾਂ ਉਹਨਾਂ ਦੇ ਰਹਿਣ ਲਈ ਇੱਥੇ ਪ੍ਰਬੰਧ ਨਹੀਂ ਸੀ। ਤਾਂ ਇਹ ਜਿਹੜਾ ਸਾਡਾ ਪੁਰਾਣਾ ਇੱਕ ਖੰਡਰ ਬਣਿਆ ਪਿਆ ਸੀਗਾ, ਉਹਨੂੰ ਨਵਾਂ ਰੈਨੋਵੇਟ ਕਰਕੇ ਜਿਹੜਾ ਅੱਜ ਤਿਆਰ ਕਰਵਾਇਆ ਗਿਆ ਹੈ। ਔਰ ਮੈਂ ਸਮਝਦਾ ਸਾਡੇ ਜ਼ਿਲ੍ਹੇ ਦੇ ਵਿੱਚ ਬੜੀ ਵੱਡੀ ਕਮੀ ਸੀ ਜਿਹੜੀ ਅੱਜ ਪੂਰੀ ਹੋ ਰਹੀ ਹੈ। ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਸ਼੍ਰੀਮਤੀ ਸੇਨੂੰ ਦੁੱਗਲ ਜੀ ਦਾ, ਜਿਨ੍ਹਾਂ ਦੇ ਐਫਰਟਸ ਨਾਲ ਇਹ ਜਿਹੜਾ ਸਾਨੂੰ ਫਾਜ਼ਿਲਕਾ ਦੇ ਵਿੱਚ ਇੱਕ ਵਧੀਆ ਗੈਸਟ ਹਾਊਸ ਜਿਹੜਾ ਬਣ ਕੇ ਹੁਣ ਤਿਆਰ ਹੋਇਆ ਹੈ। ਤਾਂ ਇਸ ਨਾਲ ਮੈਂ ਸਮਝਦਾ ਕੋਈ ਵੀ ਹੁਣ ਸਾਡਾ ਗੈਸਟ ਬਾਹਰੋਂ ਆਊਗਾ, ਉਹਨਾਂ ਨੂੰ ਕੋਈ ਵੀ ਤਕਲੀਫ ਨਹੀਂ ਆਊਗੀ, ਉਹ ਜਿਹੜਾ ਇੱਥੇ ਆਪਦਾ ਆਰਾਮ ਨਾਲ ਰਹਿ ਸਕਦਾ। ਫਾਜ਼ਿਲਕਾ ਜ਼ਿਲ੍ਹੇ ਵਿੱਚ ਕੋਈ ਸਰਕਾਰੀ ਗੈਸਟ ਹਾਊਸ ਨਹੀਂ ਸੀ? ਜਦੋਂ ਵੀ ਸਾਡੇ ਕੋਲ ਕੋਈ ਵੀ ਵੀਆਈਪੀ ਵਿਜ਼ਿਟ ਹੁੰਦੀ ਸੀ ਜਾਂ ਗੈਸਟ ਆਉਂਦੇ ਸੀ, ਹਮੇਸ਼ਾ ਸਾਨੂੰ ਰਿਕੁਐਸਟ ਕਰਨੀ ਪੈਂਦੀ ਸੀ ਜਾਂ ਆਰਮੀ ਵਾਲਿਆਂ ਨੂੰ ਜਾਂ BSF ਵਾਲਿਆਂ ਨੂੰ, ਉਹਨਾਂ ਦੇ ਕਮਰੇ ਸਾਨੂੰ ਲੈਣੇ ਪੈਂਦੇ ਸੀ। ਪਰ ਸਾਡੇ ਕੋਲ ਇਹ ਬਿਲਡਿੰਗ ਪਹਿਲਾਂ ਬਣਾਈ ਹੋਈ ਸੀ ਜ਼ਿਲ੍ਹਾ ਪਰਿਸ਼ਦ ਦੀ, ਜਿਹਨੂੰ ਅਸੀਂ ਕਨਵਰਟ ਕੀਤਾ। 7 ਬੈਡਰੂਮ ਅਸੀਂ ਗੈਸਟ ਹਾਊਸ ਤਿਆਰ ਕੀਤਾ ਸਰਕਾਰੀ ਤੌਰ 'ਤੇ। ਜਿਨ੍ਹਾਂ ਨੇ ਵੀ ਆਉਣਾ ਹੋਵੇ, ਕੋਈ ਵੀ ਸਰਕਾਰੀ ਆਫਿਸਿਸ ਜਦੋਂ ਬੱਦੀ ਹੋ ਕੇ ਆਉਂਦੇ ਜਾਂ ਕਿਸੇ ਟਾਈਮ ਵੀ ਆਉਂਦੇ, ਦੇ ਕੈਨ ਆਲਵੇਜ਼ ਕਮ ਐਂਡ ਸਟੇ ਹੇਅਰ, ਅਤੇ ਅਸੀਂ ਗੈਸਟ ਹਾਊਸ ਸਰਕਾਰ ਵੱਲੋਂ ਫਾਜ਼ਿਲਕਾ ਦਿੱਤਾ। ਮੈਮ ਕਿੰਨੀ ਲਾਗਤ ਨਾਲ ਜਿਹੜਾ ਇਹ ਬਣਿਆ? ਬਿਲਡਿੰਗ ਪਹਿਲਾਂ ਬਣੀ ਹੋਈ ਸੀ ਜੀ, ਬਿਲਡਿੰਗ ਪੁਰਾਣੀ ਬਣੀ ਹੋਈ ਸੀ, ਬਟ ਕਿਸੇ ਯੂਜ 'ਚ ਨਹੀਂ ਆ ਰਹੀ ਸੀ ਕਾਫੀ ਸਾਲਾਂ ਤੋਂ, ਖਾਲੀ ਪਈ ਸੀ। ਹੁਣ ਇਹਨੂੰ ਬਿਲਡਿੰਗ ਨੂੰ ਅਸੀਂ ਸਾਰਾ ਰੀਪੇਂਟ ਕਰਾ ਕੇ, ਸਾਰਾ ਕੁਝ ਕਰਾ ਕੇ, ਇਹਦੇ ਜੋ ਫਿਕਸਚਰਸ ਲਗਾਉਣੇ ਸੀ, AC ਗ੍ਰਿਲਸ ਇਹ ਉਹ ਸਾਰੀਆਂ ਲਗਾ ਕੇ, ਗੀਜ਼ਰ ਵਗੈਰਾ ਲਗਾ ਕੇ, ਇਹਦਾ ਫਰਨੀਚਰ ਸਾਰਾ ਰੱਖ ਕੇ, ਉਹ ਖਰਚਾ ਅਸੀਂ ਕੀਤਾ। ਦੈਟ ਖਰਚਾ ਇਜ਼ ਅਰਾਊਂਡ 40 ਲੱਖ। ਮੈਮ ਲਾਸਟ ਵਾਰ ਜਿਹੜਾ ਤੁਸੀਂ ਇਸ ਜ਼ਿਲ੍ਹੇ ਦਾ ਕਰਦੇ ਜੀ, ਇਸ ਤੋਂ ਪਹਿਲਾਂ ਵੀ ਕਈ ਪ੍ਰੋਜੈਕਟ ਅਹਿਮ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਗਏ ਸੀ, ਕਿਸ ਤਰ੍ਹਾਂ ਫੀਲ ਕਰ ਰਹੇ ਹੋ ਕਿ ਹੁਣ ਤੱਕ ਦਾ ਜੇ ਸਫ਼ਰ ਦੀ ਗੱਲ ਕਰੀਏ ਜਿਵੇਂ ਵੀ, ਤਾਂ ਕਿਸ ਤਰ੍ਹਾਂ ਦਾ ਤਜਰਬਾ ਸੀ? ਫਾਜ਼ਿਲਕਾ ਦਾ ਸਫ਼ਰ ਮੇਰਾ ਖਿਆਲ ਮੈਂ ਕਦੀ ਵੀ ਜ਼ਿੰਦਗੀ 'ਚ ਨਹੀਂ ਭੁੱਲਾਂਗੀ। ਵਨ ਆਫ ਦਾ ਬੈਸਟ ਜਿਹੜੀ ਮੇਰੀ ਅਸਾਈਨਮੈਂਟ ਸੀ, ਦੈਟ ਵਾਸ ਇਨ ਫਾਜ਼ਿਲਕਾ। ਔਰ ਉਸ ਤੋਂ ਵੀ ਜ਼ਿਆਦਾ ਐਜ਼ ਅਸਾਈਨਮੈਂਟ ਤੋਂ ਜ਼ਿਆਦਾ ਹੈ ਕਿ ਇੱਥੇ ਦੇ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ, ਇੱਥੇ ਦੇ ਲੋਕਾਂ ਨੇ ਜੋ ਮੁਹੱਬਤ ਦਿੱਤੀ ਹੈ, ਉਹ ਮੈਂ ਕਦੀ ਨਹੀਂ ਭੁੱਲ ਸਕੀ। ਇੱਥੇ ਦੇ ਲੋਕਾਂ ਨੇ ਬਹੁਤ ਰਿਸਪੈਕਟ ਕੀਤੀ ਹੈ, ਅਤੇ ਇਸ ਲਈ ਮੈਂ ਹਮੇਸ਼ਾ ਜਦੋਂ ਵੀ ਫਾਜ਼ਿਲਕਾ ਵਾਸੀਆਂ ਨੂੰ ਮੈਂ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦੀ ਹਾਂ, ਮੈਂ ਜਿੱਥੇ ਵੀ ਹੋਵਾਂ, ਜਦੋਂ ਵੀ ਹੋਵਾਂ, ਕਿਸੇ ਵੀ ਵਕਤ ਤੋਂ ਮੈਨੂੰ ਕਿਸੇ ਵੀ ਜੇ ਮੈਂ ਕਿਸੇ ਕਰਨ ਕੰਮ ਕਰਨ ਲਈ ਉਹਨਾਂ ਲਈ ਕਰ ਸਕਦੀ ਹੋਊਂਗੀ, ਅਤੇ ਜਦੋਂ ਮਰਜ਼ੀ ਮੇਰੇ ਕੋਲ ਆ ਸਕੂਂਗੀ। ਜਿੱਦਾਂ ਕਿ DC ਸਾਹਿਬ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਕੋਈ ਵੀ ਬਾਹਰੋਂ ਕੋਈ ਗੈਸਟ ਆਉਂਦੇ ਨੇ, ਕੋਈ ਅਫਸਰ ਸਾਹਿਬਾਨ ਆਉਂਦੇ ਨੇ ਜਾਂ ਕੋਈ ਮੰਤਰੀ ਸਾਹਿਬਾਨ ਆਉਂਦੇ ਨੇ, ਤਾਂ ਉਹਨਾਂ ਦੇ ਰਹਿਣ ਲਈ ਇੱਥੇ ਪ੍ਰਬੰਧ ਨਹੀਂ ਸੀ। ਤਾਂ ਇਹ ਜਿਹੜਾ ਸਾਡਾ ਪੁਰਾਣਾ ਇੱਕ ਖੰਡਰ ਬਣਿਆ ਪਿਆ ਸੀਗਾ, ਉਹਨੂੰ ਨਵਾਂ ਰੈਨੋਵੇਟ ਕਰਕੇ ਜਿਹੜਾ ਅੱਜ ਤਿਆਰ ਕਰਵਾਇਆ ਗਿਆ ਹੈ। ਔਰ ਮੈਂ ਸਮਝਦਾ ਸਾਡੇ ਜ਼ਿਲ੍ਹੇ ਦੇ ਵਿੱਚ ਬੜੀ ਵੱਡੀ ਕਮੀ ਸੀ ਜਿਹੜੀ ਅੱਜ ਪੂਰੀ ਹੋ ਰਹੀ ਹੈ। ਮੈਂ ਧੰਨਵਾਦ ਕਰਦਾ DC ਸਾਹਿਬ ਸ਼੍ਰੀਮਤੀ ਸੇਨੂੰ ਦੁੱਗਲ ਜੀ ਦਾ, ਜਿਨ੍ਹਾਂ ਦੇ ਐਫਰਟਸ ਨਾਲ ਇਹ ਜਿਹੜਾ ਸਾਨੂੰ ਫਾਜ਼ਿਲਕਾ ਦੇ ਵਿੱਚ ਇੱਕ ਵਧੀਆ ਗੈਸਟ ਹਾਊਸ ਜਿਹੜਾ ਬਣ ਕੇ ਹੁਣ ਤਿਆਰ ਹੋਇਆ ਹੈ। ਤਾਂ ਇਸ ਨਾਲ ਮੈਂ ਸਮਝਦਾ ਕੋਈ ਵੀ ਹੁਣ ਸਾਡਾ ਗੈਸਟ ਬਾਹਰੋਂ ਆਊਗਾ, ਉਹਨਾਂ ਨੂੰ ਕੋਈ ਵੀ ਤਕਲੀਫ ਨਹੀਂ ਆਊਗੀ, ਉਹ ਜਿਹੜਾ ਇੱਥੇ ਆਪਦਾ ਆਰਾਮ ਨਾਲ ਰਹਿ ਸਕਦਾ। ਫਾਜ਼ਿਲਕਾ ਜ਼ਿਲ੍ਹੇ ਵਿੱਚ ਕੋਈ ਸਰਕਾਰੀ ਗੈਸਟ ਹਾਊਸ ਨਹੀਂ ਸੀ? ਜਦੋਂ ਵੀ ਸਾਡੇ ਕੋਲ ਕੋਈ ਵੀ VIP ਵਿਜ਼ਿਟ ਹੁੰਦੀ ਸੀ ਜਾਂ ਗੈਸਟ ਆਉਂਦੇ ਸੀ, ਹਮੇਸ਼ਾ ਸਾਨੂੰ ਰਿਕੁਐਸਟ ਕਰਨੀ ਪੈਂਦੀ ਸੀ ਜਾਂ ਆਰਮੀ ਵਾਲਿਆਂ ਨੂੰ ਜਾਂ BSF ਵਾਲਿਆਂ ਨੂੰ, ਉਹਨਾਂ ਦੇ ਕਮਰੇ ਸਾਨੂੰ ਲੈਣੇ ਪੈਂਦੇ ਸੀ। ਪਰ ਸਾਡੇ ਕੋਲ ਇਹ ਬਿਲਡਿੰਗ ਪਹਿਲਾਂ ਬਣਾਈ ਹੋਈ ਸੀ ਜ਼ਿਲ੍ਹਾ ਪਰਿਸ਼ਦ ਦੀ, ਜਿਹਨੂੰ ਅਸੀਂ ਕਨਵਰਟ ਕੀਤਾ। 7 ਬੈਡਰੂਮ ਅਸੀਂ ਗੈਸਟ ਹਾਊਸ ਤਿਆਰ ਕੀਤਾ ਸਰਕਾਰੀ ਤੌਰ 'ਤੇ। ਜਿਨ੍ਹਾਂ ਨੇ ਵੀ ਆਉਣਾ ਹੋਵੇ, ਕੋਈ ਵੀ ਸਰਕਾਰੀ ਆਫਿਸਿਸ ਜਦੋਂ ਬੱਦੀ ਹੋ ਕੇ ਆਉਂਦੇ ਜਾਂ ਕਿਸੇ ਟਾਈਮ ਵੀ ਆਉਂਦੇ, ਦੇ ਕੈਨ ਆਲਵੇਜ਼ ਕਮ ਐਂਡ ਸਟੇ ਹੇਅਰ, ਅਤੇ ਅਸੀਂ ਗੈਸਟ ਹਾਊਸ ਸਰਕਾਰ ਵੱਲੋਂ ਫਾਜ਼ਿਲਕਾ ਦਿੱਤਾ। ਮੈਮ ਕਿੰਨੀ ਲਾਗਤ ਨਾਲ ਜਿਹੜਾ ਇਹ ਬਣਿਆ? ਬਿਲਡਿੰਗ ਪਹਿਲਾਂ ਬਣੀ ਹੋਈ ਸੀ ਜੀ, ਬਿਲਡਿੰਗ ਪੁਰਾਣੀ ਬਣੀ ਹੋਈ ਸੀ, ਬਟ ਕਿਸੇ ਯੂਜ਼ 'ਚ ਨਹੀਂ ਆ ਰਹੀ ਸੀ ਕਾਫੀ ਸਾਲਾਂ ਤੋਂ, ਖਾਲੀ ਪਈ ਸੀ। ਹੁਣ ਇਹਨੂੰ ਬਿਲਡਿੰਗ ਨੂੰ ਅਸੀਂ ਸਾਰਾ ਰੀਪੇਂਟ ਕਰਾ ਕੇ, ਸਾਰਾ ਕੁਝ ਕਰਾ ਕੇ, ਇਹਦੇ ਜੋ ਫਿਕਸਚਰਸ ਲਗਾਉਣੇ ਸੀ, AC ਗ੍ਰਿਲਸ ਇਹ ਉਹ ਸਾਰੀਆਂ ਲਗਾ ਕੇ, ਗੀਜ਼ਰ ਵਗੈਰਾ ਲਗਾ ਕੇ, ਇਹਦਾ ਫਰਨੀਚਰ ਸਾਰਾ ਰੱਖ ਕੇ,
ਉਹ ਖਰਚਾ ਅਸੀਂ ਕੀਤਾ ਹੈ, ਦੈਟ ਖਰਚਾ ਇਜ਼ ਅਰਾਊਂਡ 40 ਲੱਖ। ਮੈਂ ਲਾਸਟ ਵਾਰ ਜਿਹੜਾ ਤੁਸੀਂ ਇਸ ਜ਼ਿਲ੍ਹੇ ਦਾ ਕਰਦੇ ਜੀ, ਇਸ ਤੋਂ ਪਹਿਲਾਂ ਵੀ ਕਈ ਪ੍ਰੋਜੈਕਟ ਅਹਿਮ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਗਏ ਸੀ, ਕਿਸ ਤਰ੍ਹਾਂ ਫੀਲ ਕਰ ਰਹੇ ਹੋ ਕਿ ਹੁਣ ਤੱਕ ਦਾ ਜੇ ਸਫ਼ਰ ਦੀ ਗੱਲ ਕਰ ਲਈਏ ਜ਼ਿਲ੍ਹੇ ਦੀ, ਤਾਂ ਕਿਸ ਤਰ੍ਹਾਂ ਦਾ ਤਜਰਬਾ ਸੀ? ਫਾਜ਼ਿਲਕਾ ਦਾ ਸਫ਼ਰ ਮੇਰਾ ਖਿਆਲ ਮੈਂ ਕਦੀ ਵੀ ਜ਼ਿੰਦਗੀ 'ਚ ਨਹੀਂ ਭੁੱਲਾਂਗੀ। ਵਨ ਆਫ ਦ ਬੈਸਟ ਜਿਹੜੀ ਮੇਰੀ ਅਸਾਈਨਮੈਂਟ ਸੀ, ਦੈਟ ਵਾਜ਼ ਇਨ ਫਾਜ਼ਿਲਕਾ। ਔਰ ਉਸ ਤੋਂ ਵੀ ਜ਼ਿਆਦਾ ਐਜ਼ ਅਸਾਈਨਮੈਂਟ ਤੋਂ ਜ਼ਿਆਦਾ ਹੈ ਕਿ ਇੱਥੇ ਦੇ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ, ਇੱਥੇ ਦੇ ਲੋਕਾਂ ਨੇ ਜੋ ਮੁਹੱਬਤ ਦਿੱਤੀ ਹੈ ਉਹ ਮੈਂ ਕਦੀ ਨਹੀਂ ਭੁੱਲ ਸਕੀ। ਇੱਥੇ ਦੇ ਲੋਕਾਂ ਨੇ ਬਹੁਤ ਰਿਸਪੈਕਟ ਕੀਤੀ ਹੈ, ਅਤੇ ਇਸ ਲਈ ਮੈਂ ਹਮੇਸ਼ਾ ਜਦੋਂ ਵੀ ਫਾਜ਼ਿਲਕਾ ਵਾਸੀਆਂ ਨੂੰ ਮੈਂ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦੀ ਹਾਂ, ਮੈਂ ਜਿੱਥੇ ਵੀ ਹੋਵਾਂ ਜਦੋਂ ਵੀ ਹੋਵਾਂ ਕਿਸੇ ਵੀ ਵਕਤ ਤੋਂ ਮੈਨੂੰ ਕਿਸੇ ਵੀ ਜੇ ਮੈਂ ਕਿਸੇ ਕੰਮ ਕਰਨ ਲਈ ਉਹਨਾਂ ਦੀ ਕਰ ਸਕਦੀ ਹੋਊਂਗੀ, ਅਤੇ ਜਦੋਂ ਮਰਜ਼ੀ ਮੇਰੇ ਕੋਲ ਆ ਸਕੂੰ।